20वीं सदी के महान योधे संत बाबा जरनैल सिंह जी खालसा पिंडरांवाले दी जन्मदिन नूं समर्पित पिछले हफ्ते तो लैके पिंड रोडे विखे संत ज्ञानी राम सिंह जी खालसा वालों धार्मिक दीवान सजाए गए सन। ये दीवान पिंड रोडे के गुरद्वारा श्री कीर्तन प्रकाश छेवीं पातशाही विखे चले और 28 तरीक नूं समूह नगर के सहयोग नाल नगर कीर्तन कढ़िया गया, जिस विच विशेष तौर पर हाथी घोड़े ऊट शामिल किए गए सन। पैराशूट जा रहे नगर कीर्तन से फुलां दी वर्खा करिया सी। इस विशाल नगर कीर्तन विच गतके दीआं टीमां ने अपने जोर भी दिखाए, जिस विच विशेष तौर पर छोटे बच्चों ने गतके दे करतब दिखाए ते ढाडियां ने संत जरनैल सिंह पिंडरांवाले जी दे जीवन ते वारां गईआं। इस नगर कीर्तन विच नानकसर तों विशेष तौर पर पहुंचे बाबा काला सिंह ने भी संगतां नूं संबोधन किया। नगर कीर्तन की समाप्ति शाम के 5 बजे गुरद्वारा कीर्तन प्रकाश विखे की गई। दूसरे दिन दमदमी टकसाल के मुखी संत ज्ञानी राम सिंह ने कथा करन उपरंत पिछले हफ्ते तो चल रहे दीवाना की समाप्ति की, सिख संगतां की चढ़ती कला लई अरदास की। इस मौके गुरद्वारा प्रबंधक कमेटी वालों संत ज्ञानी राम सिंह अते नाल आए जत्थे नूं सरोपो दे के सम्मानित किया गया। इस मौके प्रबंधक आगू अमनप्रीत सिंह खालसा, दलजीत सिंह पप्पा USA, लखवीर सिंह कनेडा, दलीप सिंह इंग्लैंड वाले, महेंद्रपाल सिंह विनीपग कनेडा, सुख हरप्रीत सिंह मैंबर SGPC, मनोहर सिंह, राजा सिंह, हरदयाल सिंह खालसा, गुरमीत सिंह प्रधान, डॉक्टर बलदेव सिंह रोडे ने सेना सारी कमेटी ने सारे प्रोग्राम सेवा करने वाले समूह नगर निवासियों अते बारे आए वीरां दा धन्नवाद किया। बागा पुराणा तो ब्यूरो रिपोर्ट, जगत सेवक WebTV। प्यारे तू, मित्र प्यारे तू।
ਪਰਵਾਰ ਵਿੱਚ ਸੇ ਆਏ ਸਭ ਬਿਨਾ ਕੇ ਕਾਮਾ ਜਨ ਮਨ ਤੋਂ ਹੋਵੇ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲੈਣ ਮਲਾਏ ਜਿਹਾ ਮਨੋਰਥ ਕਰ ਅਰਾਧਾ ਸੋ ਸੰਤਨ ਤੇ ਪਾਵੈ ਜਪ ਤੇ ਦਰਸ਼ਨ ਭੇਟੇ ਸਾਧੂ ਭਲੇ ਤਿੰਨ ਸੋ ਆਏ ਮਹਾ ਆਨੰਦ ਸਦਾ ਕਰ ਕੀਰਤਨ ਉਰਖ ਵਧਾਤਾ ਪਾਏ ਅੱਜ ਪਿੰਡ ਰੋਟਿਆਂ ਦੇ ਵਿੱਚ ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਉਹ ਮਹਾਂਪੁਰਸ਼ਾਂ ਦੀ ਯਾਦ ਵਿੱਚ ਚੌਥਾ ਪੰਜਵਾਂ ਇਹ ਨਗਰ ਕੀਰਤਨ ਸੰਤ ਬਾਬਾ ਰਾਮ ਸਿੰਘ ਜੀ ਬੜੇ ਉੱਤਮ ਤੇ ਪਿਆਰ ਸਤਿਕਾਰ ਨਾਲ ਸਾਰੇ ਪਿੰਡ ਨੂੰ ਨਾਲ ਲੈ ਕੇ ਇਹ ਬਹੁਤ ਵੱਡਾ ਇੱਕ ਉਪਰਾਲਾ ਉਹਨਾਂ ਮਹਾਂਪੁਰਸ਼ਾਂ ਦੀ ਜਿਹੜੇ ਮਨ ਜੀਵ ਨੇ ਜਿਨ੍ਹਾਂ ਨੇ ਇੱਕ ਟਕਸਾਲ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗੁਰੂ ਚਰਨਾਂ ਦੇ ਨਾਲ ਜੋੜਿਆ ਅੱਜ ਉਸੇ ਮਰਜ਼ਾਦਾ ਦੇ ਚਲਦੇ ਹੋਏ ਸੰਤ ਬਾਬਾ ਰਾਮ ਸਿੰਘ ਜੀ ਸਾਡੇ ਉਹ ਬਹੁਤ ਹੀ ਪਿਆਰ ਵਾਲੇ ਬਾਬਾ ਜੀ ਕਿਰਪਾ ਕਰਦੇ ਸੀ ਇਹ ਜਿਹੜੇ ਕੰਮ ਹੈ ਇਹ ਕਿਹਦੇ ਹਿੱਸੇ ਵਿੱਚ ਆਉਂਦੇ ਆ ਮਹਾਂਪੁਰਸ਼ਾਂ ਦੇ ਹਿੱਸੇ ਵਿੱਚ ਆਉਂਦੇ ਆ ਨਾਮ ਜਪਣ ਵਾਲਿਆਂ ਦੇ ਹਿੱਸੇ ਵਿੱਚ ਆਉਂਦੇ ਆ ਸਾਨੂੰ ਬੜੀ ਖੁਸ਼ੀ ਹੈ ਇਹ ਬੜਾ ਪਿਆਰਾ ਨਗਰ ਹੈ ਇਸ ਨਗਰ ਵਿੱਚ ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਭੈਣ ਬੱਚੀ ਆਪਣੇ ਬੱਚੇ ਦੇ ਕੇਸਾਂ ਦੀ ਬੇਨਤੀ ਨਾ ਕਰੋ ਵੱਡੇ ਹੋ ਕੇ ਵੀ ਸੰਭਾਲਣਗੇ ਜੇ ਮਾਂ ਚੰਗੀ ਸਿੱਖਿਆ ਦੇਵੇਗੀ ਨਾ ਵੱਡੇ ਹੋ ਕੇ ਵੀ ਜ਼ਰੂਰ ਸੰਭਾਲਣਗੇ ਜਿਹੜਾ ਪਿਤਾ ਆਪ ਨਸ਼ੇ ਕਰਦਾ ਸ਼ਰਾਬ ਦੇ ਠੇਕੇ ਤੋਂ ਰਹੇ ਨਹੀਂ ਖਲੋਂਦਾ ਉਹ ਬੱਚੇ ਦੀ ਸਿੱਖਿਆ ਦੇਵੇਗਾ ਅਸੀਂ ਆਪ ਸਿਆਣੇ ਬਣ ਜਾਈਏ ਆਪ ਇਹਨਾਂ ਗੱਲਾਂ ਤੋਂ ਮੁਕਤ ਹੋਈਏ ਆਪਣੇ ਬੱਚਿਆਂ ਨੂੰ ਵੀ ਮੁਕਤ ਕਰਾਈਏ ਭਾਈ ਨਸ਼ੇ ਸਰੀਰ ਨੂੰ ਕਾਲਦੇ ਨੇ ਰੋਗੀ ਕਰਦੇ ਨੇ ਘਰ ਬਰਬਾਦ ਕਰ ਦਿੰਦੇ ਨੇ ਜ਼ਮੀਨਾਂ ਵਿਕ ਜਾਂਦੀਆਂ ਨੇ ਘਰਾਂ 'ਚ ਲੜਾਈਆਂ ਝਗੜੇ ਪੈਦਾ ਹੁੰਦੇ ਨੇ ਭੁੱਲ ਕੇ ਵੀ ਕਦੇ ਨਸ਼ਿਆਂ ਦਾ ਸੇਵਨ ਨਾ ਕਰੋ ਭੁੱਲ ਕੇ ਵੀ ਦਾਲੇ ਕੇਸ ਰੋਮਾਂ ਦੀ ਬੇਅਦਬੀ ਨਾ ਕਰੋ ਭੁੱਲ ਕੇ ਵੀ ਦੁੱਧ ਗੰਦ ਖੰਡ ਗੰਦ ਗੰਦ ਦੁਕਾਨਾਂ 'ਤੇ ਕਦੇ ਨਾ ਜਾਓ ਧੰਨ ਗੁਰੂ ਗ੍ਰੰਥ ਸਾਹਿਬ ਜੋ ਮੰਗਿਆ ਖਾਸ ਕਰੀ ਆਪਣੇ ਇੱਥੇ ਸੋਈ ਸੋਈ ਦੇਵੈ ਨਾਨਕ ਦਾਸ ਉੱਤੇ ਜੋ ਬੋਲੈ ਇਹ ਹਾਂ ਹੁੰਦਾ ਸੱਚ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਵਾਲੀ ਵਾਰਸ ਨੇ ਕਿਹਾ ਨੇ ਅਸੀਂ ਸਤਿਗੁਰੂ ਤੋਂ ਸਭ ਕੁਝ ਮੰਗਣਾ ਹੈ ਇਹਨਾਂ ਗੱਲਾਂ ਤੋਂ ਸੁਚੇਤ ਹੋਵੋ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਨਗਰ ਖੇਡ ਵਿੱਚ ਏਕਤਾ ਬੋਲੇ ਸੋ ਨਿਹਾਲ ਰਖਵੀਰ ਸਿੰਘ ਜੀ ਹੋਣੀ ਸਨਮਾਨ ਦੇ ਰਹੇ ਹਨ ਬੋਲੇ ਰਾਗੀ ਗੁਰਮੀਤ ਸਿੰਘ ਹੁਣਾਂ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਜਥਾ ਸਮੇਤ ਆਪਣਾ ਔਕਾਤ ਕਰਨ ਸਾਰੇ ਜਥੇ ਦੇ ਸਿੰਘ ਰਣਵੀਰ ਸਿੰਘ ਜੀ ਹੁਣਾਂ ਨੂੰ ਤੁਹਾਨੂੰ ਆਪਣੇ ਨਗਰ ਦੇ ਰਾਗੀ ਭਾਈ ਦੱਖਾ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਆਪਣੇ ਜਥੇ ਸਮੇਤ ਆਉਣ ਉਹਨਾਂ ਨੂੰ ਕਿਰਪਾਲੋ